ਬਠਿੰਡਾ ਪੁੱਜੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੱਖ ਵੱਖ ਮੁੱਦਿਆਂ 'ਤੇ ਸਵਾਲਾਂ ਦੇ ਜਵਾਬ ਦਿੱਤੇ। ਸਾਬਕਾ ਮੁੱਖ ਮੰਤਰੀ ਦਾ ਕਹਿਣਾ ਕੀ ਹੈ, ਇੱਕ ਰਿਪੋਰਟ। ਮਾੜੀ ਗੱਲ ਹੈ, ਅੱਜ ਤੱਕ ਦੁਨੀਆ 'ਚ ਕਿਸੇ ਧਾਰਮਿਕ ਸਥਾਨ 'ਤੇ ਜਾਣ ਵਾਸਤੇ ਕਿਸੇ ਨੇ ਟਿਕਟ ਨਹੀਂ ਰੱਖੀ। ਇਸ ਕਰਕੇ ਹੁਣ ਉਹ ਸਮਝਦੇ ਹੈ ਵੀ ਟਿਕਟ ਲਾ ਕੇ ਆਪਣਾ ਪਾਕਿਸਤਾਨ ਦੀ ਮਾਲੀ ਹਾਲਤ ਦੁਰਸਤ ਕਰ ਲਾਂਗੇ। ਇਹ ਇੱਕ ਬੜਾ ਵੱਡਾ ਗੁਨਾਹ ਅਤੇ ਪਾਪ ਹੈ। ਮੈਂ ਹਰਿਮੰਦਰ ਸਾਹਿਬ 'ਤੇ ਹਮਲਾ, 84 ਦੇ ਕਤਲਾਮ, ਇਹੋ ਜਿਹੇ ਗੁਨਾਹ ਅਤੇ ਬੱਜਰ ਪਾਪ ਕੀਤੇ ਹੈ। ਇਹ ਵੀ ਕਾਂਗਰਸ ਦਾ ਕੋਈ ਵੀ ਬੰਦਾ ਹੈ, ਮੈਂ ਕੋਈ ਉਹਨਾਂ ਨੂੰ ਜਾਤੀ ਕਿਸੇ ਦੇ ਖਿਲਾਫ਼ ਨਹੀਂ, ਪਰ ਇਹ ਜਿਹੜੇ ਉਹਨਾਂ ਦੇ ਕਾਰਨਾਮੇ ਹੈ ਇਹਨੂੰ ਵੇਖ ਕੇ ਤਾਂ ਉਹਨਾਂ ਦੇ ਨੇੜੇ ਵੀ ਨਹੀਂ ਜਾ ਸਕਦੇ ਕਿ ਮੁਲਕ ਦਾ ਆਪਣੇ ਸੂਬੇ 'ਚ ਕੋਈ ਹਕੂਮਤ ਹੀ ਨਹੀਂ। ਮਤਲਬ ਲਾਅ ਐਂਡ ਆਰਡਰ ਦੀ ਇੰਨੀ ਪੋਜੀਸ਼ਨ ਖਰਾਬ ਹੋਈ ਹੈ ਕਿ ਨਾ ਕੋਈ ਡਰਦਾ ਹੈ, ਨਾ ਕੋਈ ਕਾਨੂੰਨ ਸਮਝਦਾ ਹੈ, ਨਾ ਕੋਈ ਕਾਨੂੰਨ 'ਤੇ ਚੱਲਣ ਦੀ ਕੋਸ਼ਿਸ਼ ਕਰਦਾ। ਘੋੜਾ ਜਿਹੜਾ ਹੁੰਦਾ, ਜਿਹੜਾ ਉਹਦੇ 'ਤੇ ਸਵਾਰ ਬੈਠਾ ਹੋਵੇ, ਜੇ ਚੰਗਾ ਸਵਾਰ ਬੈਠਾ ਹੋਵੇ ਤਾਂ ਠੀਕ ਤੁਰਦਾ, ਨਹੀਂ ਤਾਂ ਦਰੱਖਤੇ ਮਾਰਨ ਲੱਗ ਜਾਂਦਾ। ਮੇਰਾ ਜ਼ਾਤੀ ਕੋਈ ਫੈਸਲਾ ਤਾਂ ਕੋਰ ਕਮੇਟੀ ਨੇ ਕਰਨਾ ਹੈ, ਜਿਹੜੀ ਪਾਰਟੀ ਦੀ ਕੋਰ ਕਮੇਟੀ ਹੁੰਦੀ ਹੈ ਜਾਂ ਪ੍ਰੈਜੀਡੈਂਟ ਹੁੰਦਾ ਹੈ, ਉਹ ਮਿਲ ਕੇ ਫੈਸਲਾ ਲੈਂਦੇ। ਹੁਣ ਮੈਂ ਤਾਂ ਬਹੁਤੇ ਫੈਸਲੇ ਨੂੰ ਦਖਲ ਨਹੀਂ ਦਿੰਦਾ, ਲੇਕਿਨ ਆਪਣੀ ਮੇਰੀ ਜਿਹੜੀ ਜ਼ਾਤੀ ਰਾਏ ਹੈ ਉਹ ਹੈ ਕਿ ਬੀ ਜੇ ਪੀ ਦਾ ਸਾਥ ਸ਼ੁਰੂ ਤੋਂ ਮੈਂ ਤਾਂ ਫੜਿਆ ਅਤੇ ਉਸੇ